ਕੀ ਕਾਨੂੰਨ ਸਿਰਫ ਗਰੀਬਾਂ ਵਾਸਤੇ ਹੈ ਬਿਲਕੁਲ ਸਹੀ ਗੱਲ ਹੈ ਤੇ ਪੁਆਇੰਟ ਆ ਅੱਜ ਸਾਡੇ 40 ਘਰਾਂ ਚ ਚੂਲੇ ਨਹੀਂ ਜਲ ਰਹੇ ਜਿਹੜੀ ਹਾਰੀ ਨਾ ਐਮਐਲਏ ਓਕੇ ਉਸ ਸਮਲੋ ਹੁਣ ਜ਼ਖਮੀ ਸ਼ੇਰ ਨਹੀਂ ਆ ਹੁਣ ਬਦਲੇ ਲੈ ਰਹੀ ਹੈ ਸਾਡੀਆਂ ਰੇੜੀਆਂ ਗਰੀਬਾਂ ਦੀਆਂ ਚੁਕਾਤੀਆਂ ਸਰਕਾਰ ਸੀ ਬੀਜੇਪੀ ਲੇਕਿਨ ਸਾਡੀ ਐਮਐਲਏ ਕਾਂਗਰਸ ਦੀ ਗਵਰਨਮੈਂਟ ਬਿਲਕੁਲ ਨਹੀਂ ਹੁਣ ਸਰਕਾਰ ਆ ਗਈ ਕਾਂਗਰਸ ਦੀ ਸਾਡਾ ਐਮਐਲਏ ਬੀਜੇਪੀ ਦਾ ਅਸੀਂ 10 ਸਾਲ ਹੋਰ ਪਿੱਛੇ ਜਾ ਚੁੱਕੇ ਅੱਛਾ ਸਰਦੀਆਂ 'ਚ ਵੀ ਬੜਾ ਰਸ਼ ਹੁੰਦਾ ਵੀ ਇੱਥੇ ਐਵੇਂ ਕਹਿਣ ਦੀਆਂ ਗੱਲਾਂ ਹੁੰਦਾ ਸ਼ਾਮ ਨੂੰ ਬੜਾ ਰਸ਼ ਆ ਜਨਵਰੀ ਦਾ ਟਾਈਮ ਆ ਜਨਵਰੀ 28 ਤੇ पिछले काफी 100 साल तो बिल्डिंग सब तो पुरानी सब तो डलहौजी कैंट गुरुद्वारा दादे ने बनाया पिछले 100 साल तो मतलब साढ़े दादा जी सब तो पुरानी बिल्डिंग बनी साड़ी डलहौजी कैंट विच ठीक अच्छा है जी इत्थे जिहड़ी मिलटरी है इत्थे दरअसल जनरल तरप्पा आया सीगा इत्थों मिलटरी जा रही थी साढ़े दादे उहदी गड्डी अग्गे लेट गए सी कहिंदे जां ते गड्डी उत्ते चढ़ा दे जां मिलटरी इत्थे रोको साढ़े बच्चे भुखे मर गए इह मिलटरी साढ़े दादे जी दे गुरुद्वारा साढ़े कैंट दा दादे ने बनाया सी लेकिन नाम सी तुहाडे दादा जी दा काका राम मेहता अच्छा जी हां जी लेकिन तुम की दसा इतने इन्ना दस नहीं सकता मेरे को बड़ा मटीरियल पर तो टाइम नहीं नहीं थोड़ा जहां मैं हिंट दे देना असि गंदी पॉलिटिक्स के शिकार हो सकते पिछली बार क्यों होया सरकार सी बीजेपी लेकिन साड़ी एमएलए कांग्रेस की गवर्नमेंट बिल्कुल नहीं हूँ सरकार आ गई कांग्रेस की साडा एमएलए बीजेपी का असी 10 साल होर पिछे जा चुके सच्चाई है सर इतने देखो रेहड़ियां लगी दी सी सरकार जो हार गई ना हाँ जी ਇੱਥੇ ਰੇੜੀਆਂ ਚੁਕਾਤੀਆਂ ਗਈਆਂ ਜਿਹੜੀ ਹਾਰੀ ਕਦੋਂ ਦੀ ਗੱਲ ਬਸ ਇਹ 15 ਦਿਨ ਦੀ ਗੱਲ ਹੈ ਅਸੀਂ ਸਾਡੀ ਵੀ ਰੇੜੀ ਇੱਥੇ ਸੀ ਸਾਡਾ ਰੋਜ਼ਗਾਰ ਖੋਲਿਆ ਗਿਆ ਸਰ ਅੱਛਾ ਸਰ ਗਰੀਬਾਂ ਦਾ ਰੋਜ਼ਗਾਰ ਖੋਲਿਆ ਸਿਰਫ ਗਰੀਬ ਬੰਦਿਆਂ ਤੇ ਅਤਿਆਚਾਰ ਹੋ ਰਿਹਾ ਹੈ ਲੇਕਿਨ ਅਨਆਥੋਰਾਈਜ਼ ਹੋਰ ਵੀ ਕੰਸਟਰਕਸ਼ਨ ਬੜੀ ਹੈ ਉਹ ਕਿਉਂ ਨਹੀਂ ਚੁੱਕੀ ਗਈ ਸੁਭਾਸ਼ ਨੂੰ ਜਾ ਕੇ ਦੇਖੋ ਉੱਥੇ ਰੇੜੀਆਂ ਲੱਗੀਆਂ ਉਹ ਕਿਉਂ ਨਹੀਂ ਚੁੱਕੀ ਗਈਆਂ ਕੀ ਕਾਨੂੰਨ ਸਿਰਫ ਗਰੀਬਾਂ ਵਾਸਤੇ ਹੈ ਬਿਲਕੁਲ ਸਹੀ ਗੱਲ ਹੈ ਤੇ ਪੁਆਇੰਟ ਆ ਅੱਜ ਸਾਡੇ 40 ਘਰਾਂ 'ਚ ਚੂਲੇ ਨਹੀਂ ਜਲ ਰਹੇ ਸਾਰੇ ਪੇਪਰ ਸਾਨੂੰ ਕੋਈ ਕਿਤੋਂ ਕੋਈ ਨਹੀਂ ਮਿਲਿਆ ਜਲਾਸਾ ਨਹੀਂ ਮਿਲਿਆ ਕਿ ਇਹ ਕਾਨੂੰਨ ਸਿਰਫ ਗਰੀਬਾਂ ਲਈ ਹੈ ਉਹ ਦੁਕਾਨ ਉੱਥੇ ਲੱਗੀ ਰਹੀ ਹੈ ਅਨਆਥੋਰਾਈਜ਼ ਹੈ ਕੋਈ ਸਟੇਟਸ ਨਹੀਂ ਦੁਕਾਨ ਦਾ ਟੱਕਣਾ ਬਣ ਗਈ ਹੈ ਇਹ ਨਹੀਂ ਸਾਹਮਣੇ ਨਹੀਂ ਇਹ ਮੈਨੂੰ ਪੱਕਾ ਪਤਾ ਇਹ ਤਾਂ ਇੱਥੇ ਤਾਂ ਚਹਿਲ ਪਹਿਲੀ ਬਹੁਤ ਹੁੰਦੀ ਸੀ ਬਾਜੀ ਰੌਣਕ ਤੇ ਲੈ ਮੈਂ ਇੱਥੇ ਟਿੱਕੀਆਂ ਖਾਧੀਆਂ ਅੱਗੇ ਦੁਕਾਨ ਉੱਥੇ ਚਲੀਆਂ ਰਸੂਲ ਲੈ ਇੱਥੇ ਲੱਗੇ ਹੁੰਦੇ ਗੁਲਾਬ ਜਾਮਣ ਹਾਂਜੀ ਹਾਂ ਸਿਰਫ ਗਰੀਬਾਂ ਦੇ ਅਤਿਆਚਾਰ ਹੋਇਆ ਬਾਜੀ ਗਰੀਬਾਂ ਤੇ ਅਨਆਥੋਰਾਈਜ਼ ਸਾਰੀਆਂ ਕੰਸਟਰਕਸ਼ਨ ਆ ਤੇ ਉਹ ਕਿਉਂ ਨਹੀਂ ਚੁੱਕੀਆਂ ਗਈਆਂ ਇਹਦਾ ਕਾਰਨ ਹੈ ਕਿ ਜਿਹੜੀ ਹਾਰੀ ਨਾ ਐਮਐਲਏ ਓਕੇ ਉਸ ਸਮਲੋ ਹੁਣ ਜ਼ਖਮੀ ਸ਼ੇਰ ਨਹੀਂ ਆ ਹੁਣ ਬਦਲੇ ਲੈ ਰਹੀ ਹੈ ਸਾਡੀਆਂ ਰੇੜੀਆਂ ਗਰੀਬਾਂ ਦੀਆਂ ਚੁਕਾਤੀਆਂ ਕਿਉਂਕਿ ਇਹਨਾਂ ਨੇ ਵੋਟਾਂ ਪਾਈਆਂ ਸੀ ਡੀਐਸ ਠਾਕੁਰ ਨੂੰ ਜਿਹੜਾ ਜਿੱਤਿਆ ਉਹ ਗਰੀਬਾਂ ਦੇ ਨਾਲ ਖੜਾ ਤੁਸੀਂ ਮਤਲਬ ਪੋਲਿਟਿਕਸ ਦੇ ਸ਼ਿਕਾਰ ਹੋਏ ਰਹੇ ਅਸੀਂ ਬਿਲਕੁਲ ਪਾਰਟੀ ਦੇ ਗੰਦੀ ਪਾਰਟੀ ਦੇ ਸ਼ਿਕਾਰ ਆ ਸਾਡਾ ਡਲਹੌਜ਼ੀ ਫਿਰ 10 ਸਾਲ ਪਿੱਛੇ ਹੋ ਗਿਆ ਹੁਣ ਸਰਕਾਰ ਬੀਜੇਪੀ ਕਾਂਗਰਸ ਦੀ ਸਾਡੀ ਐਮਐਲਏ ਐਮਐਲਏ ਹੈਗਾ सारे गरीब घर अपनी रोजी रोटी कमा रहे थे लेकिन दुकानदार नहीं सी चाहते ਕੀ ਇਹ ਰੇੜੀਆਂ ਲੱਗਣ ਤੁਸੀਂ ਆਪੋਜੀਸ਼ਨ ਪਾਰਟੀਆਂ ਕੋ ਜਿਹੜੇ ਹੈਗੇ ਆ ਰੂਲਿੰਗ ਪਾਰਟੀ ਤੋਂ ਬਣਾ ਆਪੋਜੀਸ਼ਨ ਪਾਰਟੀਆਂ ਉਹਨਾਂ ਨੇ ਜਿਹੜਾ ਹੈ ਉਹਨਾਂ ਕੋਲ ਜਾਓ ਉਹ ਤੇ ਵਿਚਾਰਾ ਨਾਲ ਚੱਲਣ ਨੂੰ ਤਿਆਰ ਬੈਠਾ ਹੁਣ 30 ਤਰੀਕ ਨੂੰ ਅਸੀਂ ਐਜੀਟੇਸ਼ਨ ਕਰਨੀ ਆ ਤੇ ਚੱਕਾ ਜਾਂ ਕੁਝ ਨਾ ਕੁਝ ਤੇ ਕਰਨਾ ਅਸੀਂ ਦੁਖੀ ਨਹੀਂ ਮਤਲਬ ਸਿਰਫ ਤੁਹਾਡੇ ਨਾਲ ਹੀ ਹੋਇਆ ਹੈ ਸਿਰਫ ਸਾਡੇ ਨਾਲ ਸਿਰਫ ਸਾਡੇ ਇਹ ਗਾਂਧੀ ਚੌਂਕ ਨਾਲ ਸੁਭਾਸ਼ ਚੌਂਕ ਦੇਖੋ ਰੇੜੀਆਂ ਵੀ ਲੱਗੀ ਦੀਆਂ ਸਭ ਕੁਝ ਹੈ ਨਹੀਂ ਉਹਦਾ ਕਾਰਨ ਕੀ ਤੁਹਾਡਾ ਪਰਸਨਲ ਖੁੰਦਾ ਕਾ ਕੋਈ ਪਰਸਨਲ ਇੱਥੇ ਦਰਸਲ ਇਹਨਾਂ ਨੇ ਹੀ ਅੱਗ ਲਵਾ ਕੇ ਨਾ ਇਹ ਸ਼ੋਅ ਕੀਤਾ ਕਿ ਇੱਥੇ ਸਿਲੰਡਰ ਲੱਗਦੇ ਆ ਓਪਨ ਅੱਛਾ ਜੀ ਅੱਗ ਲਗਾਈ ਗਈ ਜਦਕਿ 12:30 ਅਸੀਂ ਨਿਕਲੇ ਕੋਈ ਅੱਗ ਨਹੀਂ ਸੀ ਇਹ ਅੱਗ ਇੱਥੇ ਲਗਾ ਗਈ ਤੇ ਇਹ ਸ਼ੋਅ ਕੀਤਾ ਕਿ ਇੱਥੇ ਤੁਹਾਡੇ ਸਿਲੰਡਰ ਲੱਗੇ ਰਹਿੰਦੇ ਨਹੀਂ ਤੁਸੀਂ ਨਿਊਜ਼ ਜਿਹੜੇ ਕੁਝ ਤੁਹਾਡੇ ਨਿਊਜ਼ ਪੇਪਰ 'ਚ ਦਿੰਦੇ ਆ ਉਹਨਾਂ ਨੂੰ ਕੋਈ ਖਬਰ ਲਗਵਾਓ ਹੁਣ ਲਗਵਾਣੀ ਪੈਣੀ ਸਰ ਨਾ ਲਗਵਾਓ ਇਹ ਖਬਰ ਕਿਉਂਕਿ ਮੈਂ ਇੱਥੇ ਤਾਂ ਨਹੀਂ ਹੈਗਾ ਹਾਂ ਮੈਨੂੰ ਪਤਾ ਸਰ ਮੈਂ ਤੁਹਾਡਾ ਕੁਝ ਇਸ਼ੂ ਜੇ ਰੇਜ਼ ਵੀ ਕੀਤਾ ਸੁਣੋ ਜੇ ਮੈਂ ਤੁਹਾਡਾ ਇਸ਼ੂ ਰੇਜ਼ ਵੀ ਕੀਤਾ ਨਾ ਹਾਂਜੀ ਉਹਦੀ ਕੋਈ ਸੁਣਵਾਈ ਨਹੀਂ ਹੋਣੀ ਮੈਂ ਪੰਜਾਬ ਤੋਂ ਆ ਤੁਸੀਂ ਹਾਈਲਾਈਟ ਤੇ ਕਰ ਸਕਦੇ ਹੋ ਨਿਊਜ਼ ਆਪਣੀ ਨਹੀਂ ਪਰ ਹਾਈਲਾਈਟ ਮੇਰੀ ਗੱਲ ਸੁਣੋ ਮੈਂ ਹਾਈਲਾਈਟ ਕਰਾਂਗਾ ਮੇਰੇ ਕੋ ਪ੍ਰੂਫ ਹੋਣੇ ਚਾਹੀਦੇ ਆ ਐਦਾਂ ਨਹੀਂ ਹੁੰਦਾ ਹੁੰਦਾ ਕੁਝ ਵੀ ਜੀ ਚੱਕਰ ਦੱਸਾਂਗੇ ਮੈਂ ਕਿਸੇ ਦੀ ਵੀ ਚੀਜ਼ ਹਾਈਲਾਈਟ ਮੈਂ ਕੋਈ ਮੈਂ ਮੇਰੀ ਗੱਲ ਸੁਣੋ
ਮੈਂ ਪੱਤਰਕਾਰ ਨਹੀਂ ਹੈ ਜੀ, ਮੈਂ ਸ਼ੌਂਕੀਆ ਤੌਰ ਤੇ ਕੰਮ ਕਰਦਾ ਹਾਂ। ਮੈਂ ਤੁਹਾਨੂੰ ਗੱਲ ਦੱਸਦਾ, ਸਾਨੂੰ ਤੁਹਾਡੇ ਵਰਗੇ ਬੰਦੇ ਦੀ ਲੋੜ ਹੈ। ਮੈਂ ਇਦਾਂ ਹੀ ਕਰ ਦਵਾਂ ਇੱਕ ਮਿੰਟ ਮੇਰੀ ਗੱਲ ਸੁਣੋ, ਮੈਂ ਇਦਾਂ ਹੀ ਕਰ ਦਵਾਂ, ਸਿੰਪਲ ਜੀ ਗੱਲ ਆ ਦੇਖੋ ਯਾਰ, ਮੈਂ ਇਦਾਂ ਹੀ ਕਰ ਦਵਾਂ, ਮੇਰੇ ਕੋਲ ਪ੍ਰੂਫ ਨਹੀਂ ਹੈਗੇ, ਬਿਲਕੁਲ ਮੈਨੂੰ ਕੋਲ ਐਵੀਡੈਂਸ ਆਈ ਹੈ। ਕੋਈ ਨਹੀਂ, ਫਿਰ ਤੁਹਾਡੇ ਕੋਲ ਐਵੀਡੈਂਸ ਕਿਤੇ, ਤੁਹਾਨੂੰ ਮੈਂ ਰੈਫਰੈਂਸ ਦੇ ਦਾਂਗਾ ਪੱਤਰਕਾਰਾਂ ਦੀ, ਉਹ ਤੁਹਾਡੇ ਕੋਲ ਐਵੀਡੈਂਸ ਲੈ ਲੈਣਗੇ। ਠੀਕ ਹੈ ਠੀਕ, ਹਾਂ ਬਸ ਚਲੋ ਠੀਕ ਹੈ ਜੀ।